Hey guys, subscribe and press the bell icon to never miss a video from Gabru. ਇਸ ਰਾਹ ਤੇ ਆਉਣ ਦੀਆਂ ਪੈੜਾਂ ਨੇ ਪਰ ਜਾਣ ਦੀਆਂ ਨਹੀਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਐਦਾਂ ਕਿਉਂ ਕਿਹਾ, ਬਟ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਸਾਡਾ ਕਹਿਣਾ ਨਹੀਂ ਹੈ ਬਲਕਿ ਇਹ ਕਹਿਣਾ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਨ ਆਫ ਦਾ ਵੈਰੀ ਟੈਲੈਂਟਡ ਐਕਟਰ ਦੇਵ ਖਰੌੜ ਦਾ। ਜੀ ਹਾਂ, ਦੇਵ ਖਰੌੜ ਹੁਣ ਜਲਦ ਹੀ ਸਾਨੂੰ ਆਪਣੀ ਅਪਕਮਿੰਗ ਮੂਵੀ ਬਲੈਕੀਆ ਦੇ ਵਿੱਚ ਨਜ਼ਰ ਆਉਣਗੇ ਅਤੇ ਇਸ ਫਿਲਮ ਦੇ ਵਿੱਚ ਉਹ ਬਲੈਕੀਆ ਦੇ ਕੈਰੇਕਟਰ ਨੂੰ ਪਲੇ ਕਰਨਗੇ। ਤੇ ਹਾਲ ਹੀ 'ਚ ਇਸ ਫਿਲਮ ਦਾ ਫਸਟ ਲੁੱਕ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਹੈ। ਪੋਸਟਰ ਨੂੰ ਦੇਖ ਕੇ ਸਾਨੂੰ ਤਾਂ ਲੱਗਦਾ ਹੈ ਕਿ ਇਹ ਫਿਲਮ ਇੱਕ ਐਕਸ਼ਨ ਫਿਲਮ ਹੋਵੇਗੀ ਜੋ ਕਿ ਪੁਰਾਣੇ ਸਮੇਂ ਵਿੱਚ ਚੱਲ ਰਹੀ ਸਮਗਲਿੰਗ ਦੀ ਕਹਾਣੀਆਂ ਨੂੰ ਬਿਆਨ ਕਰ ਸਕਦੀ ਹੈ ਅਤੇ ਇਸ ਗੱਲ ਦੀ ਗਵਾਹੀ ਪੋਸਟਰ 'ਤੇ ਮੈਂਸ਼ਨ ਕੀਤੇ ਹੋਏ ਐਲੀਮੈਂਟਸ ਸਾਨੂੰ ਚੰਗੀ ਤਰ੍ਹਾਂ ਦੇ ਰਹੇ ਨੇ। ਹੈਵ ਅ ਲੁੱਕ। ਇਸ ਫਿਲਮ ਦੀ ਸਕ੍ਰੀਨਪਲੇ ਅਤੇ ਸਟੋਰੀ ਨੂੰ ਲਿਖਿਆ ਹੈ ਇੰਦਰਪਾਲ ਸਿੰਘ ਨੇ। ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ ਵਿਵੇਕ ਓਹਰੀ ਅਤੇ ਡਾਇਰੈਕਟ ਕਰਨਗੇ ਸੁਖਮਿੰਦਰ ਤੰਜਲ ਅਤੇ ਇਹ ਫਿਲਮ ਥੀਏਟਰਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ 26 ਅਪ੍ਰੈਲ 2019 ਵਿੱਚ। ਵੈਲ, ਕਾਕਾ ਜੀ ਤੋਂ ਬਾਅਦ ਹੁਣ ਤੁਹਾਨੂੰ ਦੇਵ ਖਰੌੜ ਨੂੰ ਥੀਏਟਰਸ ਦੇ ਵਿੱਚ ਦੇਖਣ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਅਤੇ ਦੇਵ ਖਰੌੜ ਦੀ ਇਸ ਆਉਣ ਵਾਲੀ ਫਿਲਮ ਦੇ ਲਈ ਤੁਸੀਂ ਕਿੰਨੇ ਐਕਸਾਈਟਿਡ ਹੋ, ਇਹ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਨਾ ਭੁੱਲਿਓ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਇਸ ਤਰ੍ਹਾਂ ਦੀ ਹੋਰ ਅਪਡੇਟਸ ਦੇ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਐਂਡ ਪ੍ਰੈਸ ਦ ਬੈਲ ਆਈਕਨ ਫੋਰ ਨੋਟੀਫਿਕੇਸ਼ਨਸ। ਅਤੇ ਜੇ ਇਹ ਖਬਰ ਤੁਹਾਨੂੰ ਵਧੀਆ ਲੱਗੀ ਹੈ ਤਾਂ ਸਾਨੂੰ ਲਾਈਕ, ਸ਼ੇਅਰ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਸਾਰੇ ਹੀ ਐਪਲ ਯੂਜ਼ਰਸ ਥੱਲੇ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰਕੇ ਗਬਰੂ ਦੀ ਐਪ ਨੂੰ ਜ਼ਰੂਰ ਇੰਸਟਾਲ ਕਰਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਜ।